ਗਿਆਨ ਧਿਆਨ ਕਿਛ ਕਰਮ ਨਾ ਜਾਣਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੰਤ ਮਿਲਣ ਕੋ ਜਾਈਏ ਸੰਤ ਮਿਲਣ ਕੋ ਜਾਈਏ ਤਜ ਮਮਤਾ ਅਭਿਮਾਨ ਜੋ ਜੋ ਪਗ ਬੜੇ ਕੋਟੀ ਜਗ ਸਮਾਨ ਜੋ ਜੋ ਪਗ ਆਗੇ ਬੜੇ ਕੋਟੀ ਜਗ ਸਮਾਨ ਤਨ ਤਨ ਸਾਹਿਬੇ ਸ੍ਰੀ ਸਤਿਗੁਰ ਰਵਿਦਾਸ ਮਹਾਰਾਜ ਜੀ ਪਰਮ ਪੂਜਨੀਏ ਮੇਰੇ ਰਹਿਬਰ ਸ਼੍ਰੀ ਸ਼੍ਰੀ 108 ਸਵਾਮੀ ਗੁਰਦੀਪ ਗਿਰ ਜੀ ਮਹਾਰਾਜ ਸਟੇਜ ਤੇ ਵਿਰਾਜਮਾਨ ਪਾਠੀ ਸਾਹਿਬ ਅਤੇ ਸਾਹਿਬ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਗੋਦ ਵਿੱਚ ਵਿਰਾਜਮਾਨ ਸਮੂਹ ਸਾਧ ਸੰਗਤ ਜੀ ਆਪ ਸਭ ਨੂੰ ਦਾਸ ਵੱਲੋਂ ਜੈ ਗੁਰਦੇਵ ਜੈ ਸ਼੍ਰੀ ਗੁਰੂ ਰਵਿਦਾਸ ਜੀ ਰਾਗ ਸਾਰੰਗ ਬਾਣੀ ਸਾਹਿਬ ਸਤਿਗੁਰ ਰਵਿਦਾਸ ਮਹਾਰਾਜ ਜੀਓ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਚੱਲ ਮਨ ਹਰ ਜਟ ਸਾਲ ਜਠ ਸਾਲ ਪੜਾਉਂ ਗੁਰ ਕੀ ਸਾਟ ਗਿਆਨ ਕਾ ਅਛਰ ਬਿਸਰੇ ਤੋ ਸਹਿਜ ਸਮਾਦ ਲਗਾ ਚੱਲ ਮਨ ਹਰ ਜਟ ਸਾਲ ਪੜਾਉਂ ਚੱਲ ਮਨ ਹਰ ਜਟ ਸਾਲ ਪੜਾਉਂ ਗੁਰ ਕੀ ਸਾਟ ਗਿਆਨ ਕਾ ਅਛਰ ਬਿਸਰੇ ਤੋ ਸਹਿਜ ਸਮਾਦ ਲਗਾਉਂ ਸਤਨਾਮ।
ਧੰਨ ਧੰਨ ਸਾਹਿਬ ਸ੍ਰੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ। ਸਤਨਾਮ ਸਤਨਾਮ ਜਬ ਮੰਗੂ ਤਬ ਦੇਤ ਹੈ ਸਾਹਿਬ ਚਿੰਤਾ ਕਾ ਤਾਪ ਪ੍ਰੇਮ ਪੰਥ ਕੇ ਪਾਲ ਕੇ ਰਵਿਦਾਸ ਬੈਠਿਓ ਆਏ ਸੱਚੇ ਸੁਆਮੀ ਮਿਲਨ ਕੋ ਆਨੰਦ ਕਹਿਓ ਨਾ ਜਾਏ ਸੱਚੇ ਸੁਆਮੀ ਮਿਲਨ ਕੋ ਆਨੰਦ ਕਹਿਓ ਨਾ ਜਾਏ ਪਰਮ ਸਤਿਕਾਰਯੋਗ ਧੰਨ ਧੰਨ ਗੁਰਦੇਵ ਮਹਾਰਾਜ ਜੀ ਕੀ ਪਾਵਨ ਅਤੇ ਪਵਿੱਤਰ ਗੋਦ ਵਿੱਚ ਵਿਰਾਜਮਾਨ ਪਿਆਰੀ ਸਤਸੰਗ ਜੀਓ ਅਤੇ ਜਿੱਥੋਂ ਤੱਕ ਦਾਸ ਦੀ ਆਵਾਜ਼ ਪਹੁੰਚ ਰਹੀ ਹੈ ਸਭ ਨੂੰ ਪਿਆਰ ਭਰੀ ਜੈ ਗੁਰਦੇਵ ਜੈ ਸ਼੍ਰੀ ਗੁਰੂ ਰਵਿਦਾਸ। ਗੁਰੂ ਪਿਆਰੇ ਸਤਸੰਗਿਓ ਅਸੀਂ ਸਾਰੀਆਂ ਸੰਗਤਾਂ ਹਰ ਐਤਵਾਰ ਦੀ ਤਰ੍ਹਾਂ ਗੁਰੂ ਘਰ ਵਿੱਚ ਜੁੜ ਬੈਠੇ ਹਾਂ। ਗੁਰੂ ਪਿਆਰਿਓ ਇਹ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਸਾਹਿਬ ਸ੍ਰੀ ਸਤਿਗੁਰੂ ਰਵਿਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਲਾਹੀ ਬਾਣੀ ਵਿੱਚੋਂ, ਇਹ ਸ਼ਬਦ ਸਾਹਿਬ ਸ੍ਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਉਸ ਸਮੇਂ ਉਚਾਰਨ ਕੀਤਾ ਜਦੋਂ ਇਸ ਸਮਾਜ ਦੀ ਹਾਲਤ ਨੂੰ ਵੇਖਿਆ। ਸਤਿਗੁਰੂ ਮਹਾਰਾਜ ਜੀ ਕੀ ਵੇਖ ਰਹੇ ਨੇ, ਇਸ ਸਮਾਜ ਦੇ ਵਿੱਚ ਬਹੁਤ ਸਾਰੀ ਗਰੀਬੀ ਹੈ। ਗਰੀਬੀ ਦਾ ਕਾਰਨ ਸੀ ਅਨਪੜ੍ਹਤਾ, ਅਗਿਆਨਤਾ, ਔਰ ਅਗਿਆਨਤਾ ਦੇ ਕਾਰਨ, ਅਗਿਆਨਤਾ ਜ਼ਿਆਦਾ ਹੋਣ ਕਰਕੇ ਜਿਹੜਾ ਸਾਡਾ ਸਮਾਜ ਸੀ ਨਸ਼ਿਆਂ ਦੇ ਵਿੱਚ ਰਹਿੰਦਾ ਸੀ। ਪਰ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਵੇਖਿਆ ਕਿ ਮੇਰਾ ਸਮਾਜ ਬਹੁਤ ਨਸ਼ਿਆਂ ਵਿੱਚ ਹੈ, ਗਰੀਬ ਹੈ, ਗੁਰੂ ਜੀ ਨੇ ਇੱਕ ਖੋਜ ਕੀਤੀ।
ਕਿਉਂਕਿ ਸਾਹਿਬ ਸ੍ਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗਾ ਕੋਈ ਲਿਖਾਰੀ ਵੀ ਨਹੀਂ ਅੱਜ ਤੱਕ ਹੋਇਆ ਅਤੇ ਨਾ ਹੀ ਕੋਈ ਖੋਜੀ ਹੋਇਆ, ਕਿਉਂਕਿ ਸਭ ਤੋਂ ਵੱਡੇ ਖੋਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਹੋਏ ਨੇ, ਲਿਖਾਰੀ ਬੜੇ ਤਗੜੇ ਹੋਏ ਨੇ। ਫਿਰ ਉਸ ਸਮੇਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਗਰੀਬੀ ਨੂੰ ਦੂਰ ਕਰਨ ਵਾਸਤੇ ਇੱਕ ਖੋਜ ਕੀਤੀ, ਕਿਉਂ ਨਾ ਇੱਕ ਸਕੂਲ ਖੋਲ੍ਹਿਆ ਜਾਵੇ ਜਿਸ ਦੇ ਵਿੱਚ ਇਹ ਮੇਰਾ ਸਮਾਜ ਪੜ੍ਹ ਲਿਖ ਕੇ ਨੌਕਰੀਆਂ ਕਰੇ, ਕਾਰੋਬਾਰ ਬਿਜ਼ਨਸ ਕਰਨ। ਉਹ ਸਤਿਗੁਰਾਂ ਨੇ ਖੋਜ ਕੀਤੀ ਅਤੇ ਲੋਕ ਪੜ੍ਹ ਗਏ, ਨੌਕਰੀਆਂ ਮਿਲ ਗਈਆਂ, ਕਾਰੋਬਾਰ ਮਿਲ ਗਏ ਨੇ, ਪਰ ਗਰੀਬੀ ਹਾਲੀ ਵੀ ਦੂਰ ਨਹੀਂ ਹੋਈ। ਕੀ ਕਾਰਨ ਸੀ? ਨਸ਼ੇ, ਨਸ਼ੇ ਸੀ। ਉਹ ਫਿਰ ਸਤਿਗੁਰਾਂ ਨੇ ਇੱਕ ਹੋਰ ਖੋਜ ਕੀਤੀ, ਕਿਉਂਕਿ ਪੜ੍ਹ ਲਿਖ ਤੇ ਗਏ ਨੇ, ਹੁਣ ਇਹਨਾਂ ਨੂੰ ਕਿਉਂ ਨਾ ਪਰਮਾਰਥ ਦੇ ਨਾਲ ਜੋੜਿਆ ਜਾਵੇ। ਫਿਰ ਸਤਿਗੁਰਾਂ ਨੇ ਇਸ ਸ਼ਬਦ ਨੂੰ ਉਚਾਰਿਆ, ਚੱਲ ਮਨ ਹਰ ਚੱਟ ਸਾਲ ਪੜ੍ਹਾਉ ਟੇਕ, ਗੁਰ ਕੀ ਛਾਟ ਗਿਆਨ ਕਾ ਅੱਛਰ ਬਿਛਰੈ ਤੋ ਸਹਿਜ ਸਮਾਧ ਲਗਾਉ। ਹੇ ਇਨਸਾਨ, ਮੈਂ ਇੱਕ ਸਕੂਲ ਖੋਲ੍ਹਿਆ, ਮੇਰੇ ਸਕੂਲ ਵਿੱਚ ਐਡਮਿਸ਼ਨ ਲੈ ਲਓ। ਮੇਰਾ ਸਕੂਲ 24 ਘੰਟੇ ਖੁੱਲ੍ਹਾ ਰਹਿੰਦਾ, 12 ਮਹੀਨੇ ਐਡਮਿਸ਼ਨ ਹੁੰਦੀ ਰਹਿੰਦੀ ਹੈ, ਤੇਰਾ ਜਦੋਂ ਵੀ ਦਿਲ ਕਰੇ ਤੂੰ ਆ ਜਾ, ਮੈਂ ਤੈਨੂੰ ਤੇਰੇ ਤੋਂ ਨਸ਼ੇ ਛੁਡਾ ਦਿਆਂਗਾ। ਇਹ ਗੁਰੂ ਰਵਿਦਾਸ ਮਹਾਰਾਜ ਜੀ ਦਾ ਫਰਮਾਉਣ ਹੈ। ਫਿਰ ਇਨਸਾਨ ਗੁਰੂ ਜੀ ਦੇ ਪਾਸ ਚਲੇ ਗਏ, ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਹੇ ਮੇਰੇ ਸਤਿਗੁਰੂ ਜੀ, ਆਪਣੇ ਇਸ ਸਕੂਲ ਦੇ ਵਿੱਚ ਸਾਨੂੰ ਐਡਮਿਸ਼ਨ ਦਿਓ, ਅਸੀਂ ਨਸ਼ੇ ਛੱਡਣਾ ਚਾਹੁੰਦੇ ਹਾਂ। ਫਿਰ ਸਤਿਗੁਰਾਂ ਨੇ ਕਿਹਾ, ਬਾਈ ਵਿਚਾਰ ਕਰ ਲਓ, ਸੋਚ ਲਵੋ, ਕੰਮ ਔਖਾ ਬੜਾ ਹੈ। ਮੇਰੇ ਇਸ ਸਕੂਲ ਦਾ ਕੋਈ ਕਾਨੂੰਨ ਹੈ? ਕਿਉਂਕਿ ਗੁਰੂ ਪਿਆਰੇ ਸਤਸੰਗਿਓ, ਹਰ ਕੋਈ ਵੀ ਮਜ਼ਹਬ ਹੈ ਉਹਦਾ ਕਾਨੂੰਨ ਹੈ, ਫੌਜ ਹੈ ਉਹਦਾ ਵੀ ਕਾਨੂੰਨ ਹੈ, ਗੁਰਦੁਆਰੇ ਨੇ, ਗੁਰੂ ਘਰ ਨੇ, ਉਹਦੇ ਵਿੱਚ ਵੀ ਕਾਨੂੰਨ ਕਹਿੰਦੇ ਨੇ, ਕੋਈ ਇਸ ਸਕੂਲਾਂ ਦੇ ਵਿੱਚ ਵੀ ਕਾਨੂੰਨ ਨੇ। ਗੁਰੂ ਜੀ ਨੇ ਕਹਿ ਦਿੱਤਾ, ਭਾਈ ਮੇਰੇ ਇਸ ਸਕੂਲ ਦਾ ਕਾਨੂੰਨ ਇਹ ਹੈ, 2 ਵਾਰ ਹਾਜ਼ਰੀ ਮੇਰੇ ਸਕੂਲ ਵਿੱਚ ਲੱਗਦੀ ਹੈ, ਇੱਕ ਅੰਮ੍ਰਿਤ ਵੇਲੇ, ਦੂਸਰੀ ਸੰਧਿਆ ਸਮੇਂ। ਇਹ 2 ਹਾਜ਼ਰੀਆਂ ਪੱਕੀਆਂ ਨੇ। ਔਰ ਦੂਸਰਾ, ਮੇਰੇ ਇਸ ਸਕੂਲ ਦੇ ਵਿੱਚ ਕਿਸੇ ਨੂੰ ਕੋਈ ਛੁੱਟੀ ਨਹੀਂ ਜੇ ਮਿਲਦੀ, ਜਾਂ ਬਰਸਾਤ ਹੋਵੇ, ਜਾਂ ਠੰਡ ਹੋਵੇ, ਗਰਮੀ ਹੋਵੇ, ਜੋ ਮਰਜ਼ੀ ਵੀ ਹੋਵੇ, ਮੇਰੇ ਇਸ ਸਕੂਲ ਵਿੱਚ 2 ਵਾਰ ਹਾਜ਼ਰੀ ਲਵਾਉਣੀ ਹੀ ਹੈ, ਲਾਉਣੀ ਹੈ। ਸੇਵਕ ਨੇ ਕਹਿ ਦਿੱਤਾ, ਠੀਕ ਹੈ ਸਤਿਗੁਰੂ ਜੀ। ਸਤਿਗੁਰਾਂ ਨੇ ਐਡਮਿਸ਼ਨ ਦੇ ਦਿੱਤੀ, ਇਸ ਸਕੂਲ ਦੱਸ ਦਿੱਤਾ, ਭਾਈ ਪਠਾਨਕੋਟ ਡੇਰਾ ਸਵਾਮੀ ਜਗਤਗਿਰੀ ਸਕੂਲ ਹੈ, ਉੱਥੇ ਚਲਾ ਜਾਓ। ਬਹੁਤ ਸਾਰੇ ਇਸ ਸਕੂਲ ਨੇ ਜਿਹੜੇ ਗੁਰੂ ਜੀ ਨੇ ਖੋਲ੍ਹ ਦਿੱਤੇ, ਪੰਜਾਬ ਦੇ ਵਿੱਚ ਬਹੁਤ ਸਾਰੇ ਸਕੂਲ ਨੇ, ਇੰਡੀਆ ਦੇ ਵਿੱਚ ਬਹੁਤ ਸਾਰੇ ਇਸ ਸਕੂਲ ਨੇ ਜਿੱਥੇ ਕੀਤੀ ਜਾ
ਰਹਿ ਉਹ ਸਹਿਜ ਟੀਚਰ ਗੁਰੂ ਦੇ ਦਿਆਂ ਹੋਣਾ ਬਹੁਤ ਜ਼ਰੂਰੀ ਹੈ। ਉਪਾਧੀਆਂ ਕਿਹੜੀਆਂ ਨੇ? ਦੁਬੈਤ ਦੀ ਭਾਵਨਾ, ਇੱਕ ਦੂਸਰੇ ਦੇ ਉੱਪਰ ਸ਼ੜਯੰਤਰ ਰਚਨੇ, ਇਹ ਸਾਰਾ ਕੁਝ ਉਪਾਧੀਆਂ ਵਿੱਚ ਆਉਂਦਾ ਹੈ। ਅਤੇ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ, ਇਹਨਾਂ ਉਪਾਧੀਆਂ ਤੋਂ ਰਾਹਤ ਹੋ ਜਾ, ਇਹਨਾਂ ਨੂੰ ਆਪਣੇ ਅੰਦਰੋਂ ਬਾਹਰ ਕੱਢ ਦੇ। ਉਸ ਜਗ੍ਹਾ 'ਤੇ ਜਦੋਂ ਉਪਾਧੀਆਂ ਅੰਦਰੋਂ ਬਾਹਰ ਨਿਕਲ ਜਾਣਗੀਆਂ, ਉਸ ਜਗ੍ਹਾ 'ਤੇ ਗੁਰ ਕੀ ਮੂਰਤ ਮਨ ਮੇ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਗੁਰੂ ਦੀ ਤਸਵੀਰ ਨੂੰ ਆਪਣੇ ਹਿਰਦੇ ਵਿੱਚ ਲਾ, ਫਿਰ ਹੌਲੀ 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 ਗੁਰੂ ਜੀ ਦੀ ਤਸਵੀਰ ਨੂੰ ਆਪਣੇ ਅੱਗੇ ਸਾਹਮਣੇ ਲੈ ਕੇ ਆ, ਫਿਰ ਗੁਰੂ ਜੀ ਦੇ ਸ਼ਬਦਾਂ ਦਾ ਜਾਪ ਕਰਨਾ ਸ਼ੁਰੂ ਕਰ ਦੇ। ਫਿਰ ਤੈਨੂੰ ਜਿਹੜੇ ਤੇਰੇ ਭੁੱਲੇ ਹੋਏ ਵਾਅਦੇ ਨੇ, ਮਾਲਕ ਦੇ ਨਾਲ ਅਸੀਂ ਕਰਕੇ ਆਏ ਸੀ ਕੁਝ ਵਾਅਦੇ, ਉਹ ਤੈਨੂੰ ਯਾਦ ਹੋ ਜਾਣਗੇ। ਬਚਪਨ ਵੀ ਤੈਨੂੰ ਯਾਦ ਆ ਜਾਵੇਗਾ। ਕਈ ਵਾਰੀ ਅਸੀਂ ਭਜਨ 'ਤੇ ਬੈਠੇ ਹੁੰਦੇ ਹਾਂ, ਸਾਨੂੰ ਬਚਪਨ ਦੀਆਂ ਕਹਾਣੀਆਂ ਯਾਦ ਆ ਜਾਂਦੀਆਂ ਨੇ, ਜਵਾਨੀ ਦੀਆਂ ਕਹਾਣੀਆਂ ਯਾਦ ਆ ਜਾਂਦੀਆਂ ਨੇ। ਜਿਸ ਚੀਜ਼ ਦਾ ਕਦੇ ਸਾਨੂੰ ਚੇਤਾ ਹੀ ਨਹੀਂ, ਉਹ ਵੀ ਸਾਡੇ ਸਾਹਮਣੇ ਆ ਕੇ ਖੜੀਆਂ ਹੋ ਜਾਂਦੀਆਂ ਨੇ। ਕਿਉਂਕਿ ਗੁਰੂ ਜੀ ਸਮਝਾਉਂਦੇ ਨੇ, ਜਿਹੜੇ ਤੂੰ ਕਰਮ ਕਰਕੇ ਆਇਆ ਹੈ ਪਿੱਛੇ, ਮੈਂ ਤੈਨੂੰ ਸਾਰੇ ਹੀ ਯਾਦ ਦਿਲਾ ਦੇਣੇ ਨੇ। ਫਿਰ ਬਚਪਨਾ ਵੀ ਯਾਦ ਆ ਜਾਵੇਗਾ, ਫਿਰ ਮਾਲਕ ਦੇ ਨਾਲ ਕੀਤੇ ਹੋਏ ਵਾਅਦੇ ਵੀ ਯਾਦ ਹੋ ਜਾਣਗੇ। ਅਤੇ ਗੁਰੂ ਜੀ ਸਮਝਾਉਂਦੇ ਨੇ, ਜਦੋਂ ਤੈਨੂੰ ਵਾਅਦੇ ਯਾਦ ਹੋ ਜਾਣਗੇ, ਫਿਰ ਤੇਰਾ ਮਨ ਹੈ ਜਿਹੜਾ ਕੁੱਲ ਮਾਲਕ ਦੇ ਚਰਨਾਂ ਦੇ ਨਾਲ ਜ਼ਰੂਰ ਜੁੜੇਗਾ। ਫਿਰ ਜਦੋਂ ਮਨ ਤੇਰਾ ਜੁੜ ਗਿਆ ਪਰਮਾਤਮਾ ਦੇ ਨਾਲ, ਨਿਰੰਕਾਰ ਦੇ ਨਾਲ ਤੇਰਾ ਮਨ ਜੁੜ ਜਾਵੇਗਾ,
ਫਿਰ ਤੈਨੂੰ ਧੁਨਾ ਵੀ ਸੁਣਾਈ ਦੇਣਗੀਆਂ, ਜੋਤ ਦੇ ਦਰਸ਼ਨ ਵੀ ਹੋਣਗੇ, ਆਪਣੇ ਗੁਰੂ ਸਾਹਿਬ ਦੇ ਦਰਸ਼ਨ ਵੀ ਹੋਣਗੇ, ਸੱਚਖੰਡ ਵਿੱਚ ਵੀ ਜਾਣ ਦਾ ਮੌਕਾ ਮਿਲ ਜਾਵੇਗਾ। ਜਦੋਂ ਗੁਰੂ ਜੀ ਨੇ ਇਤਨੀ ਕਥਾ ਸਮਝਾ ਦਿੱਤੀ, ਸੇਵਕ ਦੋਨੋਂ ਹੱਥ ਜੋੜਦਾ, ਕਹਿੰਦੇ ਸਤਿਗੁਰੂ ਜੀ, ਜਿਹੜੇ ਤੁਸੀਂ ਮੈਨੂੰ 5 ਸ਼ਬਦ ਦਿੱਤੇ ਸੀ, ਉਹ ਸ਼ਬਦ ਮੈਂ ਭੁੱਲ ਗਿਆ ਹਾਂ। ਕੋਈ ਤੁਹਾਡੇ ਕੋਲ ਇਸ ਤਰ੍ਹਾਂ ਦੀ ਜੁਗਤੀ ਹੈ, ਜਦ ਤੱਕ ਮੈਂ ਜਿਉਂਦਾ ਰਵਾਂ ਇਹ 5 ਸ਼ਬਦ ਮੈਨੂੰ ਕਦੇ ਵੀ ਨਾ ਭੁੱਲਣ। ਫਿਰ ਗੁਰੂ ਜੀ 5 ਸ਼ਬਦ ਯਾਦ ਰੱਖਣ ਵਾਸਤੇ ਆਪਣੀ ਪਵਿੱਤਰ ਬਾਣੀ ਦੇ ਵਿੱਚ ਅੱਗੇ ਇਉਂ ਫਰਮਾਉਂਦੇ ਜੀ, ਪ੍ਰੇਮ ਪਾਟੀ ਸੁਰਤ ਲੇਖਨ ਕਰੀ ਹੋਰ ਰਾਮ ਮਾਂ ਲਿਖ ਆਂਖ ਦਿਖਾਂ, ਪ੍ਰੇਮ ਪਾਟੀ ਸੁਰਤ ਲੇਖਨ ਕਰੀ ਹੋਰ ਰਾਮ ਮਾਂ ਲਿਖ ਆਂਖ ਦਿਖਾਂ। ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਨੇ, ਪ੍ਰੇਮ ਪਾਟੀ ਸੁਰਤ ਲੇਖਣ ਕਰ ਹੋ, ਰਾਰਾ ਮੰਮਾ ਲਿਖ ਆਂਕ ਦੇਖਾਂ। ਗੁਰੂ ਜੀ ਪੁੱਛ ਕਰਦੇ ਨੇ ਸੇਵਕ ਨੂੰ, ਭਾਈ ਸੇਵਾਦਾਰਾ, 5 ਸ਼ਬਦ ਯਾਦ ਨਹੀਂ ਹੋਏ ਤੈਨੂੰ, ਭੁੱਲ ਗਿਆ? ਹਾਂ ਬਾਬਾ ਜੀ, ਮੈਨੂੰ ਭੁੱਲ ਗਏ ਨੇ। ਫਿਰ ਗੁਰੂ ਜੀ ਕਹਿ ਫਰਮਾਉਂਦੇ ਨੇ, ਭਾਈ ਤੂੰ ਮੇਰੇ ਬਿਲਕੁਲ ਸਾਹਮਣੇ ਹੋ ਕੇ ਬੈਠ ਜਾ, ਬਿਲਕੁਲ ਸਾਹਮਣੇ ਹੋ ਕੇ ਬੈਠ ਜਾ, ਇਹ ਜਿਹੜੇ 5 ਸ਼ਬਦ ਨੇ ਮੈਂ ਤੇਰੇ ਹਿਰਦੇ ਰੂਪੀ ਫੱਟੀ ਦੇ ਉੱਤੇ ਲਿਖ ਦੇਵਾਂ, ਤੇਰੀ ਸੁਰਤ ਦੇ ਵਿੱਚ ਲਿਖ ਦਿਆਂ 5 ਸ਼ਬਦ ਪੱਕੇ ਕਰਕੇ। ਗੁਰੂ ਪਿਆਰੇ ਸਤਸੰਗਿਓ, ਅਸੀਂ ਬਹੁਤ ਪੜ੍ਹੇ ਲਿਖੇ ਹਾਂ, ਆਪਣੀ ਲਾਈਫ ਦੇ ਵਿੱਚ ਕਈ ਸਤਸੰਗ ਸੁਣੇ ਨੇ, ਗੁਰਬਾਣੀ ਦੇ ਸ਼ਬਦ ਵੀ ਬਹੁਤ ਸੁਣੇ ਨੇ, ਪਰ ਸਾਨੂੰ ਇੱਕ ਵੀ ਯਾਦ ਨਹੀਂ ਹੋਇਆ। ਗੁਰੂ ਜੀ ਦੇ ਬਖਸ਼ੇ ਹੋਏ 5 ਸ਼ਬਦ, ਅੰਗੂਠਾ ਟੇਕ ਹੈ, ਸਫੇਦ ਅਨਪੜ੍ਹ ਹੈ, ਉਹ ਵੀ ਜਪ ਰਿਹਾ ਹੈ। ਕਿਉਂ ਜਪਦਾ ਉਹ? ਕਿਉਂਕਿ ਸਤਿਗੁਰਾਂ ਨੇ ਹਿਰਦੇ ਵਿੱਚ ਲਿਖ ਦਿੱਤੇ 5 ਸ਼ਬਦ ਪੱਕੇ ਕਰਕੇ। ਨਾਲ ਗੁਰੂ ਜੀ ਨੇ ਇਹ ਵੀ ਕਹਿ ਦਿੱਤਾ, ਇਹ ਜਿਹੜੇ 5 ਸ਼ਬਦ ਨੇ ਇਹਨਾਂ ਨੂੰ ਨੋਰਮਲ ਸ਼ਬਦ ਨਾ ਸਮਝ ਬੈਠੀ, ਇਹ ਤਾਂ ਮੈਂ ਤੈਨੂੰ ਰਾਮ ਦੇ ਨਾਲ ਮਿਲਣ ਵਾਲਾ ਇੱਕ ਟਿਕਟ ਦੇ ਦਿੱਤੀ ਹੈ, ਇਹ ਤੈਨੂੰ ਮ੍ਰਿਤੂ ਲੋਕ ਤੋਂ ਲੈ ਕੇ ਸੱਚਖੰਡ ਦੀ ਟਿਕਟ ਦਿੱਤੀ ਹੈ ਮੈਂ। ਸਤਿਗੁਰੂ ਅਰਜੁਨ ਦੇਵ ਮਹਾਰਾਜ ਨੇ ਵੀ ਫਰਮਾਇਆ, ਗੁਰ ਕੀ ਦਾਤ ਨਾ ਮੇਟੈ ਕੋਈ ਸਤਿਗੁਰ ਕਾ ਦਲਾਸਾ। ਗੁਰੂ ਜੀ ਫਰਮਾਉਂਦੇ ਨੇ, ਭਾਈ ਇਹ ਜਿਹੜਾ ਮੰਤਰ ਤੈਨੂੰ ਸਾਹਿਬ ਸ੍ਰੀ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਦੇ ਦਿੱਤਾ, ਇਹਨੂੰ ਕੋਈ ਵੀ ਮਿਟਾਉਣ ਵਾਲਾ ਨਹੀਂ ਹੋਵੇਗਾ। ਅਤੇ ਗੁਰੂ ਪਿਆਰੇ ਸਤਸੰਗਿਓ, ਇਨਸਾਨ ਅਨਪੜ੍ਹ ਵੀ ਹੈ, ਉਹ ਵੀ ਸਤਿਗੁਰਾਂ ਦੇ ਸ਼ਬਦ ਪੂਰਾ ਦਿਨ ਜਪਦਾ ਰਹਿੰਦਾ ਹੈ, ਅਤੇ ਇਹ ਜਿਹੜੇ ਸ਼ਬਦ ਨੇ
ਇਹ ਤਾਂ ਸਾਨੂੰ ਤੁਰ ਧਾਮ ਦੀ ਟਿਕਟ ਸਤਿਗੁਰਾਂ ਨੇ ਦਿੱਤੀ ਹੈ। ਤਾਂ ਹੀ ਤਾਂ ਸੰਗਤਾਂ ਹਰ ਰੋਜ਼ ਅੰਮ੍ਰਿਤ ਵੇਲੇ ਸੰਧਿਆ ਸਮੇਂ ਪੜ੍ਹਦੀਆਂ ਨੇ, ਸੋਹੰਗ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਸਤਿਗੁਰੂ ਪਾਰ ਉਤਾਰਨ ਹਾਰ। ਗੁਰੂ ਜੀ ਫਰਮਾਉਂਦੇ ਨੇ ਜਿਹੜਾ ਵੀ ਜਗਿਆਸੂ, ਜਿਹੜਾ ਗੁਰਮੁਖ ਇਹਨਾਂ ਸ਼ਬਦਾਂ ਨੂੰ ਸ਼ਰਧਾ ਪੂਰਵਕ ਗੁਰੂ ਜੀ ਦੇ ਦੱਸੇ ਹੋਏ ਤਰੀਕੇ ਅਨੁਸਾਰ ਜਪਦਾ ਹੈ, ਉਹ ਨਾਮ ਦੇ ਜਹਾਜ਼ 'ਤੇ ਬੈਠ ਕੇ ਸੱਚਖੰਡ ਵਿੱਚ ਚਲਾ ਜਾਂਦਾ ਹੈ। ਜਦੋਂ ਗੁਰੂ ਜੀ ਨੇ ਕਹਿ ਦਿੱਤਾ ਕਿ ਉਹ ਨਾਮ ਜਪ ਕੇ ਸੱਚਖੰਡ ਵਿੱਚ ਚਲਾ ਜਾਂਦਾ ਹੈ, ਸੇਵਕ ਨੇ ਫਿਰ ਬੇਨਤੀ ਕੀਤੀ, ਕਹਿੰਦੇ ਬਾਬਾ ਜੀ, ਹੇ ਮੇਰੇ ਸਤਿਗੁਰੂ ਜੀ, ਇਸ ਸ਼ਬਦ ਨੂੰ ਜਪ ਕੇ ਇਸ ਤਰੀਕੇ ਨਾਲ ਕਿਸੇ ਨੇ ਨਾਮ ਜਪ ਕੇ ਕੋਈ ਸੱਚਖੰਡ ਵਿੱਚ ਗਿਆ ਅਤੇ ਉਹਦੇ ਬਾਰੇ ਸਾਨੂੰ ਚਾਨਣਾ ਪਾਓ। ਗੁਰੂ ਜੀ ਹੁਣ ਚਾਨਣਾ ਪਾਉਂਦੇ ਨੇ ਗੁਰਬਾਣੀ ਰਾਹੀਂ ਜੀ। ਜੇ ਵਿਦ ਮੁਕਤ ਪਾਏ ਸਨ ਕਾਤਿਕ, ਅਰੀ ਦੇ ਵਿਦਾਰ ਪ੍ਰਕਾਸ਼ ਦਿਖਾਉ। ਜੇ ਵਿਦ ਮੁਕਤ ਪਾਏ ਸਨ ਕਾਤਿਕ, ਅਰੀ ਦੇ ਵਿਦਾਰ ਪ੍ਰਕਾਸ਼ ਦਿਖਾਉ। ਸਾਹਿਬ ਸ੍ਰੀ ਸਤਿਗੁਰੂ ਮਹਾਰਾਜ ਜੀ ਜਵਾਬ ਵਿੱਚ ਕਹਿ ਰਹੇ ਨੇ ਕਿ ਭਾਈ ਪੁਰਖਾ, ਇਹ ਜਿਹੜੇ ਸ਼ਬਦ ਨੇ ਇਹਨਾਂ ਸ਼ਬਦਾਂ ਨੂੰ ਪਾਪੀਆਂ ਨੇ ਵੀ ਜਪਿਆ, ਉਹ ਮਹਾਨ ਹੋ ਗਏ ਨੇ, ਰਿਸ਼ੀਆਂ ਮੁਨੀਆਂ ਨੇ ਵੀ ਜਪਿਆ, ਮਹਾਨ ਹੋ ਗਏ ਨੇ, ਸੰਤਾਂ ਮਹਾਂਪੁਰਸ਼ਾਂ ਨੇ ਵੀ ਜਪਿਆ, ਉਹ ਮਹਾਨ ਹੋ ਗਏ ਨੇ। ਕਹਿੰਦੇ ਮਹਾਰਾਜ ਉਹ ਕੌਣ ਸੀ ਪਾਪੀ? ਫਿਰ ਗੁਰੂ ਜੀ ਨੇ ਕਹਿ ਦਿੱਤਾ, ਅਜ਼ਾਮਲ ਪਿੰਗਲਾ ਲੋਭਤ ਕੁੰਚਰ ਗੇ ਹਰ ਕੇ ਪਾਸ। ਇਹੋ ਜਿਹੇ ਪਾਪੀਆਂ ਦਾ ਪਾਰ ਉਤਾਰਾ ਹੋਇਆ, ਉਹਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋ ਗਿਆ ਨਾਮ ਜਪਣ ਵਾਲਿਆਂ ਦਾ। ਅਤੇ ਰਿਸ਼ੀ ਮੁਨੀ ਸਾਧੂ ਸੰਤ ਜਿਨ੍ਹਾਂ ਨੇ ਨਾਮ ਜਪਿਆ, ਨਾਮ ਦੇਵ ਕਬੀਰ ਤਿਲੋਚਨ ਸਦਨਾ ਸਹਿਣ ਧਰੈ ਕਹਿ ਰਵਿਦਾਸ ਸੁਨੋਰੇ ਸੰਤੋ ਹਰ ਜੀਓ ਤੇ ਸਭੈ ਸਰੈ। ਸਾਹਿਬ ਸ੍ਰੀ ਸਤਿਗੁਰੂ ਨਾਮ ਦੇ ਮਹਾਰਾਜ ਜੀ ਜਿਨ੍ਹਾਂ ਨੂੰ 72 ਬਾਰ ਸ਼ਾਖ ਸ਼ਾਖ ਕੁੱਲ ਮਾਲਕ ਦੇ ਦਰਸ਼ਨ ਹੋਏ ਨੇ, ਸਾਹਿਬ ਸ੍ਰੀ ਸਤਿਗੁਰੂ ਕਬੀਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦੇ ਘਰ ਵਿੱਚ ਕੁੱਲ ਮਾਲਕ ਨੇ ਖੁਦ ਆ ਕੇ ਭੰਡਾਰਾ ਕੀਤਾ, ਸਾਹਿਬ ਸ੍ਰੀ ਸਤਿਗੁਰੂ ਤਿਲੋਚਨ ਮਹਾਰਾਜ ਜੀ ਜਿਨ੍ਹਾਂ ਦੇ ਘਰ ਭਗਵਾਨ ਨੇ ਆ ਕੇ ਨੌਕਰੀ ਕੀਤੀ, ਪਸ਼ੂਆਂ ਨੂੰ ਚਾਰਾ ਵੀ ਪਾਇਆ, ਖੇਤਾਂ ਵਿੱਚ ਹੱਲ ਵੀ ਚਲਾਏ, ਸਾਹਿਬ ਸ੍ਰੀ ਸਤਿਗੁਰੂ ਸਦਨਾ ਮਹਾਰਾਜ ਜੀ ਜਿਨ੍ਹਾਂ ਨੂੰ ਦੁਕਾਨ ਦੇ ਉੱਤੇ ਸਤਿਗੁਰਾਂ ਨੇ ਦਰਸ਼ਨ ਦਿੱਤੇ ਆ ਕੇ ਉਹਨਾਂ ਨੂੰ ਵੀ ਨਿਹਾਲ ਕੀਤਾ, ਸਾਹਿਬ ਸ੍ਰੀ ਸਤਿਗੁਰੂ ਸੈਨ ਮਹਾਰਾਜ ਜੀ ਜਿਨ੍ਹਾਂ ਦੀ ਥਾਂ 'ਤੇ
ਕੁੱਲ ਮਾਲਕ ਨੇ ਖੁਦ ਨੌਕਰੀ ਕੀਤੀ ਆ। ਗੁਰੂ ਜੀ ਸਮਝਾਉਂਦੇ ਨੇ ਇਹ ਨੇ ਮਹਾਂਪੁਰਸ਼, ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਮ ਚੱਲਦਾ ਰਹੇਗਾ। ਇਹ ਮਹਾਂਪੁਰਸ਼ ਉਹ ਨੇ ਜਿਨ੍ਹਾਂ ਨੇ ਇਸ ਤਰੀਕੇ ਦਾ ਨਾਮ ਜਪਿਆ ਹੈ। ਅਤੇ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਪੁਰਖਾ ਤੂੰ ਵੀ ਨਾਮ ਜਪ, ਤੇਰੇ ਹਿਰਦੇ ਦੇ ਵਿੱਚ ਰੀਦੇ ਬਿਦਾਰ ਪ੍ਰਕਾਸ਼ ਦਿਖਾਉਂ, ਤੇਰੇ ਹਿਰਦੇ ਦੇ ਵਿੱਚੋਂ ਮੈਂ ਪ੍ਰਕਾਸ਼ ਦੀ ਜੋਤ ਵਿਖਾਵਾਂਗਾ ਤੈਨੂੰ। ਇਹ ਗੁਰੂ ਰਵਿਦਾਸ ਮਹਾਰਾਜ ਜੀ ਫਰਮਾ ਰਹੇ ਨੇ, ਤੇਰੇ ਹਿਰਦੇ ਵਿੱਚੋਂ ਮੈਂ ਜੋਤ ਪ੍ਰਗਟ ਕਰਕੇ ਤੇਰੇ ਸਾਹਮਣੇ ਲਿਆਵਾਂਗਾ, ਤੂੰ ਇੱਕ ਵਾਰੀ ਨਾਮ ਤਾਂ ਜਪ। ਗੁਰੂ ਜੀ ਫਰਮਾਉਂਦੇ ਨੇ, ਗੁਰੂ ਪਿਆਰੇ ਸਤਸੰਗੀਓ ਧਿਆਨ ਨਾਲ, ਜੋਤ ਕਿਵੇਂ ਅੰਦਰੋਂ ਪ੍ਰਗਟ ਹੁੰਦੀ ਹੈ? ਜਦੋਂ ਨਵਾਂ ਨਵਾਂ ਕੋਈ ਵੀ ਨਾਮ ਦੀ ਦਾਤ ਪ੍ਰਾਪਤ ਕਰਦਾ, ਅਸੀਂ ਆਸਣ ਲਾ ਕੇ ਬੈਠ ਜਾਂਦੇ ਹਾਂ, ਧਿਆਨ ਪੂਰਵਕ ਬੈਠ ਜਾਂਦੇ ਹਾਂ, ਉਸ ਸਮੇਂ ਇੱਕ ਕਾਲੇ ਰੰਗ ਦਾ ਪਰਦਾ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ। ਪਰ ਉਹ ਆਮ ਕਾਲਾ ਨਹੀਂ ਹੈ, ਜਿਸ ਤਰ੍ਹਾਂ ਕਈ ਵਾਰੀ ਘਰ ਵਿੱਚੋਂ ਲਾਈਟ ਚਲਾ ਜਾਂਦੀ ਹੈ, ਹਨੇਰਾ ਹੋ ਜਾਂਦਾ, ਇਸ ਤਰ੍ਹਾਂ ਦਾ ਨਹੀਂ ਹੈ। ਉਹ ਫਿਰ ਹਨੇਰੇ ਵਾਲੀ ਇੱਕ ਚਾਦਰ ਹੈ ਜਿਹੜੀ ਕਾਲੇ ਕਲਰ ਦੀ, ਉਹ ਸਾਡੇ ਸਾਹਮਣੇ ਆ ਕੇ ਨਜ਼ਰ ਆਉਣੀ ਸ਼ੁਰੂ ਹੋ ਜਾਵੇਗੀ। ਉਸ ਤੋਂ ਬਾਅਦ ਵਿੱਚ, ਕੁਝ ਟਾਈਮ ਤੋਂ ਬਾਅਦ ਵਿੱਚ, ਉਹ ਕਾਲੇ ਕਲਰ ਦੀ ਚਾਦਰ ਹੈ ਜਿਹੜੀ, ਉਹ ਪਾਸੇ ਹਟ ਜਾਣੀ, ਫਿਰ ਨੀਲੇ ਕਲਰ ਦੀ ਚਾਦਰ ਚਮਕ ਬਹੁਤ ਆ ਉਹਦੇ ਵਿੱਚ, ਉਹ ਨਜ਼ਰ ਆਉਣੀ ਸ਼ੁਰੂ ਹੋ ਜਾਵੇਗੀ, ਉਹ ਵੀ ਸਾਈਡ 'ਤੇ ਹਟ ਜਾਣੀ ਹੈ। ਉਸ ਤੋਂ ਬਾਅਦ ਵਿੱਚ ਫਿਰ ਲਾਲ ਕਲਰ ਦੀ ਚਾਦਰ ਹੈ ਜਿਹੜੀ, ਉਹ ਸਾਹਮਣੇ ਆਉਣੀ ਸ਼ੁਰੂ ਹੋ ਜਾਵੇਗੀ। ਉਸ ਤੋਂ ਬਾਅਦ ਵਿੱਚ ਲਾਲ ਵੀ ਪਾਸੇ ਹਟ ਗਈ, ਗਾੜਾ ਗੋਲਡਨ ਕਲਰ ਸਾਹਮਣੇ ਆਉਣਾ ਸ਼ੁਰੂ ਹੋ ਜਾਵੇਗਾ। ਜਦੋਂ ਗੋਲਡਨ ਕਲਰ ਸਾਹਮਣੇ ਆ ਗਿਆ, ਸਤਿਗੁਰੂ ਨਾਮਦੇਵ ਮਹਾਰਾਜ ਜੀ ਫਰਮਾਉਂਦੇ ਨੇ, ਚੰਦ ਸੂਰਜ ਦੋਏ ਸਮ ਘਰ ਰਾਖੋ, ਬ੍ਰਹਮ ਜੋਤ ਮਿਲ ਜਾਵੋਗੋ। ਫਿਰ ਚੰਦਰਮਾ ਵਰਗਾ ਪ੍ਰਕਾਸ਼, ਜਿਵੇਂ ਪੂਰਨਿਮਾ ਦੇ ਦਿਨ ਚੰਦਰਮਾ ਗੋਲ ਹੁੰਦਾ, ਇਸ ਤਰ੍ਹਾਂ ਪੂਰਨਿਮਾ ਦੇ ਦਿਨ ਵਾਲਾ ਚੰਦਰਮਾ ਸਾਡੇ ਲਲਾਟ ਦੋਨਾਂ ਪ੍ਰਵੱਟਿਆਂ ਦੇ ਸੈਂਟਰ ਵਿੱਚ ਸਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ। ਉਸ ਤੋਂ ਬਾਅਦ ਵਿੱਚ ਸੂਰਜ, ਜਿਵੇਂ ਸਵੇਰ ਨੂੰ ਸੂਰਜ ਚੜ੍ਹਦਾ, ਉਹਦੀ ਧੁੱਪ ਨਹੀਂ ਹੁੰਦੀ, ਚਮਕ ਹੁੰਦੀ ਹੈ, ਉਹ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ। ਉਸ ਤੋਂ ਬਾਅਦ ਵਿੱਚ ਬ੍ਰਹਮ ਜੋਤ ਮਿਲ ਜਾਵੋਗੋ, ਫਿਰ ਅੰਦਰੋਂ ਆਪਣੇ ਜੋਤ ਪ੍ਰਗਟ ਹੋ ਜਾਵੇਗੀ। ਫਿਰ ਅੰਧਕਾਰ ਮੇ ਭਇਆ ਪ੍ਰਗਾਸ, ਗੁਰੂ ਅਰਜਨ ਦੇਵ ਮਹਾਰਾਜ ਜੀ, ਫਿਰ ਸਾਡੇ ਅੰਦਰ ਪ੍ਰਕਾਸ਼ ਹੋ ਜਾਵੇਗਾ, ਪ੍ਰਕਾਸ਼ ਹੀ ਪ੍ਰਕਾਸ਼ ਸਾਰੇ ਪਾਸੇ। ਤਾਂ ਹੀ ਤਾਂ ਗੁਰੂ ਜੀ ਦੀ ਆਰਤੀ ਪੜ੍ਹਦੇ ਹਾਂ ਨਾ, ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੂ ਪਵਨ ਸਗਲਾਰੇ। ਫਿਰ ਸਾਰਾ ਹੀ ਬ੍ਰਹਮੰਡ ਸਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ। ਉੱਪਰ ਜੋਤ ਹੈ ਜਿਹੜੀ, ਉਹਦੀ ਚਮਕ ਬਹੁਤ ਹੁੰਦੀ ਅਤੇ ਬਹੁਤ ਵੱਡੀ ਹੈ। ਫਿਰ ਜਦੋਂ ਅਸੀਂ ਧਿਆਨ ਇਕਾਗਰ ਕਰੀ ਰੱਖਾਂਗੇ, ਉਸ ਜੋਤ ਦੇ ਵਿੱਚੋਂ ਇੱਕ ਬਹੁਤ ਵੱਡਾ ਕਮਲ ਦਾ ਫੁੱਲ ਸਾਨੂੰ ਨਜ਼ਰ ਆਵੇਗਾ। ਕਮਲ ਦਾ ਫੁੱਲ ਨਜ਼ਰ ਆਇਆ ਜਦੋਂ, ਫਿਰ ਅਸੀਂ ਧਿਆਨ ਜੋੜ ਕੇ ਰੱਖਣਾ ਹੈ
ਉਸ ਦੇ ਉੱਤੇ ਸਾਹਿਬ ਸ੍ਰੀ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਹੋਣਗੇ ਸਾਨੂੰ ਉਸ ਸਮੇਂ। ਉਸ ਤੋਂ ਬਾਅਦ ਵਿੱਚ ਸੱਚਖੰਡ ਦੇ ਵੀ ਦਰਸ਼ਨ ਹੋ ਜਾਣਗੇ ਭਜਨ 'ਤੇ ਬੈਠਿਆਂ ਬੈਠਿਆਂ। ਜਦੋਂ ਗੁਰੂ ਜੀ ਨੇ ਇਤਨੀ ਕਥਾ ਸਮਝਾ ਦਿੱਤੀ, ਸੇਵਕ ਨੇ ਫਿਰ ਬੇਨਤੀ ਕੀਤੀ ਦੋਨੋਂ ਹੱਥ ਜੋੜ ਕੇ, ਮੇਰੇ ਸਤਿਗੁਰੂ ਜੀ ਮੈਂ ਜੋਤ ਸਾਹਮਣੇ ਆ ਜਾਵੇਗੀ ਪਹਿਚਾਣ ਲਵਾਂਗਾ, ਆਪ ਜੀ ਦੇ ਦਰਸ਼ਨ ਮੈਂ ਪਹਿਚਾਣ ਲਵਾਂਗਾ, ਸੱਚਖੰਡ ਵੀ ਮੈਂ ਪਹਿਚਾਣ ਲਵਾਂਗਾ, ਪਰ ਅੱਜ ਤੱਕ ਮੈਂ ਕਮਲ ਦਾ ਫੁੱਲ ਨਹੀਂ ਵੇਖਿਆ, ਮੈਨੂੰ ਕਮਲ ਦੇ ਫੁੱਲ ਨਾਲ ਜਾਣਕਾਰੀ ਕਰਵਾ ਦਿਓ। ਫਿਰ ਗੁਰੂ ਜੀ ਜਵਾਬ ਵਿੱਚ ਗੁਰਬਾਣੀ ਰਾਹੀਂ ਇਉਂ ਸਿੱਖਿਆ ਦੇ ਰਹੇ ਨੇ ਜੀ, ਕਾਗਦ ਕਬਲ ਮਤ ਮਸ ਕਰ, ਨਿਰਮਲ ਵਿਨ ਰਸਨਾ ਨਿਸ ਦਿਨ ਗੁਣ ਗਾਉ, ਕਾਗਦ ਕਬਲ ਮਤ ਮਸ ਕਰ, ਨਿਰਮਲ ਵਿਨ ਰਸਨਾ ਨਿਸ ਦਿਨ ਗੁਣ ਗਾਉ। ਫਿਰ ਸਾਹਿਬ ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਰਾਹੀਂ ਸਮਝਾਉਂਦੇ ਨੇ, ਕਾਗਦ ਕੰਬਲ ਮਤ ਮਸ ਕਰ ਨਿਰਮਲ ਬਿਨ ਰਸਨਾ ਨਿਸ ਦਿਨ ਗੁਣ ਗਾਉ। ਸਤਿਗੁਰੂ ਜੀ ਫਰਮਾਉਂਦੇ ਨੇ ਕਾਗਦ ਕੰਬਲ, ਭਾਈ ਪੁਰਖਾ ਇੱਕ ਕਾਗਜ਼ ਲੈ ਕੇ ਆ, ਉਸ ਕਾਗਜ਼ ਦੇ ਉੱਤੇ ਮੈਂ ਤੈਨੂੰ ਕਮਲ ਦੇ ਫੁੱਲ ਦਾ ਚਿੱਤਰ ਬਣਾ ਦਿਆਂ, ਉਹੀ ਕਮਲ ਦਾ ਫੁੱਲ ਤੇਰੇ ਸਾਹਮਣੇ ਆਵੇਗਾ। ਪਰ ਇੱਥੇ ਇੱਕ ਸੋਚ ਵਿਚਾਰ ਕਰਨ ਵਾਲੀ ਗੱਲ ਹੈ, ਇਤਨੇ ਖੁਸ਼ਬੂਦਾਰ ਫੁੱਲ ਸਨ ਉਹਨਾਂ ਨੂੰ ਗੁਰੂ ਜੀ ਨੇ ਛੱਡ ਦਿੱਤਾ, ਕਮਲ ਦਾ ਫੁੱਲ ਕਿਉਂ ਲਿਆ ਗੁਰਬਾਣੀ ਵਿੱਚ, ਕਮਲ ਦਾ ਫੁੱਲ ਹੀ ਸਤਿਗੁਰਾਂ ਨੇ ਕਿਉਂ ਚੁਣਿਆ? ਉਹਦਾ ਕਾਰਨ ਇਹ ਸੀ ਕਿ ਕਮਲ ਦਾ ਫੁੱਲ ਮੈਲੇ ਪਾਣੀ ਵਿੱਚ ਗੰਦੇ ਪਾਣੀ ਵਿੱਚ ਹੁੰਦਾ, ਜਿਤਨੀ ਦੇਰ ਤੱਕ ਕਮਲ ਦਾ ਫੁੱਲ ਗੰਦੇ ਪਾਣੀ ਵਿੱਚ ਰਹਿੰਦਾ ਉਹਦਾ ਪੌਦਾ, ਉਤਨੀ ਦੇਰ ਤੱਕ ਉਹ ਗੰਦੇ ਪਾਣੀ ਦੇ ਨਾਲ ਹੀ ਮਿਲ ਕੇ ਰਹਿੰਦਾ ਹੈ। ਜਦੋਂ ਉਸਦੀ ਕਲੀ ਬਣ ਜਾਂਦੀ ਉਹ ਫਿਰ ਸਾਰੇ ਗੰਦੇ ਪਾਣੀ ਨੂੰ ਚੀਰ ਕੇ ਉੱਪਰ ਉੱਠ ਜਾਂਦੀ ਹੈ, ਉੱਥੇ ਫਿਰ ਫੁੱਲ ਖਿੜਦਾ, ਆਪਣੀ ਸੁੰਦਰਤਾ ਨੂੰ ਪ੍ਰਗਟ ਕਰ ਦਿੰਦਾ। ਜਦੋਂ ਫੁੱਲ ਨੇ ਆਪਣੀ ਸੁੰਦਰਤਾ ਨੂੰ ਪ੍ਰਗਟ ਕੀਤਾ, ਪਾਣੀ ਤੋਂ ਉੱਪਰ ਉੱਠ ਗਿਆ, ਹੁਣ ਪਾਣੀ ਤਲਾਬ ਦੇ ਵਿੱਚ ਜਿਤਨਾ ਮਰਜ਼ੀ ਵੀ ਹੋ ਜਾਵੇ ਪਰ ਪਾਣੀ ਉੱਥੋਂ ਤੱਕ ਨਹੀਂ ਪਹੁੰਚ ਸਕਦਾ, ਫੁੱਲ ਤੱਕ ਨਹੀਂ ਪਹੁੰਚ ਸਕਦਾ, ਕਿਉਂਕਿ ਫੁੱਲ ਪਾਣੀ ਤੋਂ ਉੱਪਰ ਉੱਠ ਗਿਆ ਹੈ। ਫਿਰ ਲੋਕ ਕਮਲ ਦੇ ਫੁੱਲ ਨੂੰ ਵੇਖਣ ਵਾਸਤੇ ਜਾਂਦੇ ਨੇ। ਕਈ ਇਨਸਾਨ ਪੁੱਛ ਕਰਦੇ ਨੇ ਵੀ ਫੁੱਲ ਕਮਲ ਦੇ ਫੁੱਲ ਤੂੰ ਬੜਾ ਸੁੰਦਰ ਲੱਗਦਾ ਹੈ, ਤੂੰ ਸੋਹਣਾ ਬੜਾ। ਅਤੇ ਕਮਲ ਦਾ ਫੁੱਲ ਕਹਿੰਦਾ ਮੇਰੇ ਹੇਠਾਂ ਝਾਤੀ ਮਾਰ ਜਰਾ, ਕੀ ਹੈ? ਕਹਿੰਦੇ ਜੀ ਗੰਦਾ ਪਾਣੀ। ਫਿਰ ਕਮਲ ਦਾ ਫੁੱਲ ਇਨਸਾਨ ਨੂੰ ਕਹਿੰਦਾ, ਸਾਨੂੰ ਸਮਝਾਉਂਦਾ, ਹੇ ਇਨਸਾਨ ਤੂੰ ਵੀ ਮਾਇਆ ਦੀ ਦਲਦਲ ਵਿੱਚ ਫਸਿਆ ਹੋਇਆ ਹੈ,
ਤੈਨੂੰ ਵੀ ਮਾਇਆ ਨੇ ਗੰਦਾ ਕੀਤਾ ਹੋਇਆ, ਜਾ ਕਿਸੇ ਸੰਤ ਮਹਾਂਪੁਰਸ਼ ਦੇ ਲੜ ਲੱਗ ਜਾ, ਉਹਨਾਂ ਕੋਲੋਂ ਗਿਆਨ ਪ੍ਰਾਪਤ ਕਰ, ਉਹਨਾਂ ਕੋਲੋਂ ਜੁਗਤੀ ਪੁੱਛ ਵੀ ਇਸ ਮਾਇਆ ਦੀ ਦਲਦਲ ਵਿੱਚੋਂ ਕਿਸ ਤਰੀਕੇ ਨਾਲ ਬਾਹਰ ਨਿਕਲਿਆ ਜਾਂਦਾ, ਫਿਰ ਉਹ ਤੈਨੂੰ ਦੱਸ ਦੇਣਗੇ। ਜਦੋਂ ਤੂੰ ਸੰਤਾਂ ਮਹਾਂਪੁਰਸ਼ਾਂ ਦੇ ਦੱਸੇ ਹੋਏ ਤਰੀਕੇ ਅਨੁਸਾਰ ਭਜਨ ਕਰੇਗਾ, ਸਿਮਰਨ ਕਰੇਗਾ, ਤੇਰਾ ਵੀ ਹਿਰਦੇ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਜਾਵੇਗਾ, ਤੇਰੇ ਚਿਹਰੇ ਦੇ ਉੱਤੇ ਅਕਾਲ ਪੁਰਖ ਦਾ ਨੂਰ ਆ ਜਾਏਗਾ, ਤੂੰ ਵੀ ਦਰਸ਼ਨੀ ਗੁਰਸਿੱਖ ਬਣ ਜਾਵੇਗਾ, ਲੋਕ ਤੇਰੇ ਤੋਂ ਵੀ ਤੇਰੇ ਵੀ ਦਰਸ਼ਨ ਕਰਿਆ ਕਰਨਗੇ। ਜਿਸ ਤਰ੍ਹਾਂ ਅਸੀਂ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ, ਗੁਰੂ ਜੀ ਫਰਮਾਉਂਦੇ ਨੇ ਜੇਕਰ ਤੂੰ ਇਸ ਤਰੀਕੇ ਦਾ ਨਾਮ ਜਪੇਗਾ ਤੇਰੇ ਤੋਂ ਵੀ ਦਰਸ਼ਨੀ ਗੁਰਸਿੱਖ ਬਣ ਜਾਣਾ ਹੈ। ਪਰ ਨਾਮ ਜਪਣਾ ਕਿਸ ਤਰ੍ਹਾਂ ਹੈ? ਹੁਣ ਗੁਰੂ ਜੀ ਸਾਨੂੰ ਨਾਮ ਜਪਣ ਦਾ ਤਰੀਕਾ ਵੀ ਸਮਝਾਉਂਦੇ ਨੇ ਨਾਲ ਨਾਲ, ਨਾਮ ਕਿਸ ਤਰ੍ਹਾਂ ਜਪਣਾ ਹੈ। ਗੁਰੂ ਜੀ ਫਰਮਾਉਂਦੇ ਨੇ ਬਿਨ ਰਸਨਾ ਨਿਸ ਦਿਨ ਗੁਣ ਗਾਉ। ਇਹ ਕੰਮ ਸਤਿਗੁਰਾਂ ਨੇ ਬੜਾ ਔਖਾ ਕਿਹਾ ਸਾਨੂੰ। ਬਿਨ ਰਸਨਾ, ਰਸਨਾ ਕਿਹਨੂੰ ਕਹਿੰਦੇ ਨੇ? ਜੀਵ ਨੂੰ। ਜੀਵ ਤੋਂ ਬਿਨਾਂ ਪਰਮਾਤਮਾ ਦੇ ਨਾਮ ਦਾ ਗੁਣਗਾਨ ਕਰਨਾ, ਨਾਮ ਜਪਣਾ। ਜਦੋਂ ਦੂਸਰੀ ਪਾਤਸ਼ਾਹੀ ਸਾਹਿਬ ਸ੍ਰੀ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਆਏ, ਉਹਨਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਪੜ੍ਹੀ। ਜਦੋਂ ਇਹ ਸ਼ਬਦ ਪੜ੍ਹਿਆ, ਇਸ ਤੁਕ ਨੂੰ ਪੜ੍ਹਿਆ, ਬਿਨ ਰਸਨਾ ਨਿਸ ਦਿਨ ਗੁਣ ਗਾਉ, ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਵਾਹ, ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸੁੱਚੇ ਮੋਤੀ ਹੈ। ਫਿਰ ਉਹਨਾਂ ਨੇ ਵੀ ਇਹਨਾਂ ਦਾ ਸਮਰਥਨ ਕੀਤਾ, ਉਹਨਾਂ ਨੇ ਕਹਿ ਦਿੱਤਾ ਜੀਬਾ ਵਾਜੋਂ ਬੋਲਣਾ। ਜਦੋਂ ਫਿਰ ਤੀਸਰੀ ਵਾਰ ਤੀਸਰੀ ਜਗ੍ਹਾ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਜਦੋਂ ਆਏ ਨੇ, ਪੰਜਵੀਂ ਪਾਤਸ਼ਾਹੀ, ਫਿਰ ਜਦੋਂ ਇਹਨਾਂ ਨੇ ਬਾਣੀ ਪੜ੍ਹੀ, ਗੁਰੂ ਰਵਿਦਾਸ ਮਹਾਰਾਜ ਜੀ ਦੀ ਗੁਰਬਾਣੀ ਸੁੱਚੇ ਮੋਤੀ ਕਹਿ ਰਹੀ ਹੈ ਵੀ ਬਿਨਾਂ ਜੀਵ ਤੋਂ ਨਾਮ ਜਪਣਾ, ਬਿਨ ਰਸਨਾ ਤੋਂ ਨਾਮ ਜਪਣਾ, ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿ ਰਹੇ ਨੇ ਬਿਨਾਂ ਜੀਵ ਤੋਂ ਨਾਮ ਜਪਣਾ, ਫਿਰ ਇਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹਦੇ ਉੱਤੇ ਪੱਕੀ ਕਰਕੇ ਮੋਹਰ ਲਾ ਦਿੱਤੀ। ਉਹਨਾਂ ਨੇ ਕਹਿ ਦਿੱਤਾ ਸਵਾਸ ਸਵਾਸ ਸਿਮਰਤ ਰਹਾ ਨਾਨਕ ਦਾਨ ਪਾਏ। ਬੜਾ ਸੋਹਣਾ ਸਮਝਾਉਣਾ ਕੀਤਾ ਉਹਨਾਂ ਨੇ। ਪਰ ਇੱਕ ਇੱਥੇ ਵਿਚਾਰ ਕਰਨ ਵਾਲੀ ਗੱਲ ਆਉਂਦੀ ਹੈ ਗੁਰੂ ਪਿਆਰੇ ਸਤਸੰਗਿਓ, ਸਾਡੇ ਸਾਰੇ ਹੀ ਗੁਰੂ ਸਾਨੂੰ ਸ਼ਿਕਸ਼ਾ ਦੇ ਰਹੇ ਨੇ ਕਿ ਬਿਨਾਂ ਜੀਵ ਤੋਂ ਨਾਮ ਜਪਣਾ, ਜੀਵ ਨਾਲ ਨਾਮ ਨਹੀਂ ਜਪਣਾ। ਕਿਉਂ ਨਹੀਂ ਜਪਣਾ? ਇਹਦਾ ਕੀ ਕਾਰਨ ਹੈ ਕਿ ਜੀਵ ਨਾਲ ਨਾਮ ਨਹੀਂ ਜਪਣਾ? ਸਾਡੀ ਜੀਵ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ। ਉਹ ਕਿਹੜੀਆਂ? ਕਦੇ ਅਸੀਂ ਮਹਿਸੂਸ ਨਹੀਂ ਕੀਤਾ ਇਸ ਚੀਜ਼ ਨੂੰ। ਇੱਕ ਤਾਂ ਸਾਡੀ ਜੀਭ ਚੁਗਲੀਆਂ ਬੜੀਆਂ ਕਰਦੀ ਹੈ, ਦੂਸਰੀ ਨਿੰਦਾ ਕਰਦੀ, ਝੂਠ ਬੋਲਦੀ, ਮੰਦੇ ਸ਼ਬਦ ਬੋਲਦੀ, ਫਿਰ ਵੱਡੀ ਕਮੀ ਸੌਂ ਜਾਂਦੀ ਹੈ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ ਨਿੰਦਾ ਕਰਨ ਵਾਲਾ, ਚੁਕਲੀ ਕਰਨ ਵਾਲਾ, ਝੂਠ ਬੋਲਣ ਵਾਲਾ, ਮੰਦੇ ਸ਼ਬਦ ਬੋਲਣ ਵਾਲਾ ਜਾਂ ਫਿਰ ਸੌਣ ਵਾਲਾ, ਉਹ ਮੇਰੀ ਭਗਤੀ ਨਹੀਂ ਕਰ ਸਕਦਾ। ਫਿਰ ਭਗਤੀ ਕੌਣ ਕਰੇ?
ਜਿਹੜਾ 24 ਘੰਟੇ ਜਾਗਦਾ ਰਹੇ। 24 ਘੰਟੇ ਕੌਣ ਜਾਗਦਾ ਹੈ? ਉਹ ਨੇ ਸਾਡੇ ਸਵਾਸ। ਹੁਣ ਸਵਾਸਾਂ ਦੇ ਨਾਲ ਨਾਮ ਕਿਸ ਤਰੀਕੇ ਨਾਲ ਜਪਿਆ ਜਾਂਦਾ, ਧਿਆਨ ਦਿਓ ਜਰਾ। ਸਵਾਸਾਂ ਦੇ ਨਾਲ ਗੁਰੂ ਜੀ ਦਾ ਬਖਸ਼ਿਆ ਹੋਇਆ ਮੰਤਰ ਪੰਜ ਸ਼ਬਦਾਂ ਵਾਲਾ, ਇਹਨਾਂ ਪੰਜਾਂ ਸ਼ਬਦਾਂ ਨੂੰ ਸਵਾਸਾਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਓ। ਫਿਰ ਇਹ ਜਿਹੜੇ ਪੰਜ ਸ਼ਬਦ ਨੇ, ਇਹਨਾਂ ਪੰਜਾਂ ਸ਼ਬਦਾਂ ਦੇ ਆਪਾਂ ਭਾਗ ਬਣਾਉਣੇ ਨੇ, ਟੁਕੜੇ ਕਰਨੇ ਨੇ। ਪਹਿਲਾ ਸ਼ਬਦ ਦੋ ਭਾਗ, ਦੂਸਰਾ, ਤੀਸਰਾ, ਚੌਥਾ, ਪੰਜਵਾਂ। ਇਹਨਾਂ ਸਾਰਿਆਂ ਸ਼ਬਦਾਂ ਦੇ ਦੋ ਦੋ ਭਾਗ ਕਰ ਲੈਣੇ ਨੇ। ਜਦੋਂ ਕੋਈ ਵੀ ਇਨਸਾਨ ਹੈ, ਪਹਿਲਾ ਸਵਾਸ ਉਹਦੇ ਅੰਦਰ ਜਾਂਦਾ, ਪਹਿਲਾ ਸਵਾਸ ਅੰਦਰ ਹੀ ਜਾਂਦਾ, ਫਿਰ ਪਰਤ ਕੇ ਬਾਹਰ ਆ ਜਾਂਦਾ। ਜਦੋਂ ਸਵਾਸ ਸਾਡਾ ਅੰਦਰ ਜਾਂਦਾ, ਅੱਧਾ ਸ਼ਬਦ ਅੰਦਰ ਜਾਏ, ਸਵਾਸ ਬਾਹਰ ਆਉਂਦਾ, ਅੱਧਾ ਸ਼ਬਦ ਬਾਹਰ ਆਵੇ, ਸ਼ਬਦ ਪੂਰਾ ਹੋ ਜਾਂਦਾ। ਜਿਵੇਂ ਧਿਆਨ ਦਿਓ, ਜਲਦੀ ਸਮਝ ਲੱਗ ਜਾਏਗੀ। ਸਤ ਨਾਮ ਵਾਹੇ ਗੁਰੂ। ਇਸ ਤਰੀਕੇ ਦੇ ਨਾਲ ਅਸੀਂ ਉਹੀ ਪੰਜ ਸ਼ਬਦ ਜਪਣੇ ਨੇ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਹੋਏ ਨੇ। ਜਦੋਂ ਸਵਾਸ ਅੰਦਰ ਗਿਆ, ਰਾ ਅੰਦਰ ਚਲਾ ਗਿਆ, ਸਵਾਸ ਬਾਹਰ ਆਇਆ, ਮ ਬਾਹਰ ਆਇਆ, ਰਾਮ ਬਣ ਗਿਆ। ਸਵਾਸ ਅੰਦਰ ਗਿਆ, ਸਤ ਅੰਦਰ ਚਲਾ ਗਿਆ, ਸਵਾਸ ਬਾਹਰ ਆਇਆ, ਨਾਮ ਬਾਹਰ ਆ ਗਿਆ, ਸਤ ਨਾਮ ਬਣ ਗਿਆ। ਸਵਾਸ ਅੰਦਰ ਗਿਆ, ਵਾਹੇ ਅੰਦਰ ਚਲਾ ਗਿਆ, ਸਵਾਸ ਬਾਹਰ ਆਇਆ, ਗੁਰੂ ਬਾਹਰ ਆਇਆ, ਵਾਹਿਗੁਰੂ ਬਣ ਗਿਆ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ, ਇਹ ਤਰੀਕਾ ਹੈ ਤੇਰਾ ਨਾਮ ਜਪਣ ਦਾ ਭਾਈ। ਜਦੋਂ ਇਸ ਤਰੀਕੇ ਦੇ ਨਾਲ ਨਾਮ ਜਪੇਗਾ, ਗੁਰੂ ਅੰਗਦ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਅੱਖਾਂ ਬਾਜੋਂ ਦੇਖਣਾ ਬਿਨ ਕੰਨੀ ਸੁਣਨਾ, ਪੈਰਾਂ ਬਾਜੋਂ ਚੱਲਣਾ ਬਿਨ ਹੱਥੀ ਕਰਨਾ, ਜੀਬਾ ਬਾਜੋਂ ਬੋਲਣਾ ਹੋ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਫਿਰ ਖਸਮੇ ਮਿਲਣਾ। ਹੁਣ ਇੱਥੇ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਜਦੋਂ ਤੂੰ ਬਿਨਾਂ ਰਸਨਾ ਤੋਂ ਨਾਮ ਜਪੇਗਾ, ਬਿਨਾਂ ਅੱਖਾਂ ਤੋਂ ਤੂੰ ਦੇਖ ਸਕਦਾ ਹੈ, ਅੱਖਾਂ ਬਾਜੋਂ ਦੇਖਣਾ। ਹੁਣ ਬਿਨਾਂ ਅੱਖਾਂ ਤੋਂ ਕੀ ਦੇਖਾਂਗੇ? ਸ਼ਾਇਦ ਮਨਾਂ ਵਿੱਚ ਸ਼ੱਕ ਪੈਦਾ ਹੁੰਦਾ ਹੋਣਾ, ਸਾਡੀਆਂ ਅੱਖਾਂ ਹੀ ਨਾ ਹੋਣ, ਅਸੀਂ ਵੇਖਾਂਗੇ ਕੀ? ਕਿਉਂਕਿ ਇਹ ਜਿਹੜੀਆਂ ਸਾਡੀਆਂ ਅੱਖਾਂ ਨੇ, ਇਹ ਦੋਨੋਂ ਬੰਦ ਨੇ। ਅੱਖਾਂ ਬਾਜੋਂ ਦੇਖਣਾ, ਜਦੋਂ ਧਿਆਨ ਦਸਵੇਂ ਦੁਆਰ 'ਤੇ ਚਲਾ ਜਾਏਗਾ, ਪੂਰਾ ਬ੍ਰਹਿਮੰਡ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਇਹ ਅੰਗੂਠਾ ਵੇਖਿਆ, ਅੰਗੂਠੇ ਦੀ ਪਹਿਲੀ ਗੰਢ ਹੈ, ਪੂਰਾ ਸੰਸਾਰ ਨਜ਼ਰ ਆਉਣਾ। ਇੰਨੇ ਲੰਮੇ ਬੰਦੇ ਨਜ਼ਰ ਆਉਂਦੇ ਨੇ, ਸੂਈ ਜਿੰਨਾ ਮੋਟਾ, ਇਹ ਅੰਗੂਠੇ ਦੀ ਗੰਢ।
ਇਹਦਾ ਉੱਪਰਲਾ ਹਿੱਸਾ ਇਤਨਾ ਲੰਬਾ, ਸੂਈ ਜਿੰਨਾ ਮੋਟਾ ਇਨਸਾਨ, ਇਹ ਸਾਨੂੰ ਪੂਰੇ ਬ੍ਰਹਿਮੰਡ ਵਿੱਚ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ। ਪੂਰਾ ਬ੍ਰਹਿਮੰਡ ਅਸੀਂ ਬੈਠੇ ਬੈਠੇ ਦੇਖ ਸਕਦੇ ਹਾਂ। ਫਿਰ ਅੱਖਾਂ ਬੰਦ ਨੇ, ਆਤਮਾ ਆਪਣੇ ਸਤਿਗੁਰਾਂ ਦੇ ਦਰਸ਼ਨ ਕਰ ਰਹੀ ਹੈ। ਅੱਖਾਂ ਬੰਦ ਨੇ, ਆਤਮਾ ਸੱਚਖੰਡ ਵਿੱਚ ਚਲਾ ਗਈ ਹੈ, ਸੱਚਖੰਡ ਦੇ ਦਰਸ਼ਨ ਹੁੰਦੇ ਪਏ ਨੇ। ਇਹਨੂੰ ਗੁਰੂ ਜੀ ਨੇ ਕਿਹਾ ਅੱਖਾਂ ਬਾਝੋਂ ਦੇਖਣਾ, ਬਿਨ ਕੰਨੀ ਸੁਣਨਾ। ਕੰਨਾਂ ਤੋਂ ਬਿਨਾਂ ਅਸੀਂ ਕੀ ਸੁਣਨਾ? ਗੁਰੂ ਪਿਆਰੇ ਸਤਸੰਗਿਓ, ਉਸ ਦਿਨ ਨੂੰ ਯਾਦ ਕਰੋ ਜਿਸ ਦਿਨ ਅਸੀਂ ਗੁਰੂ ਜੀ ਦੀ ਗੋਦ ਵਿੱਚ ਨਾਮ ਦੀ ਦਾਤ ਪ੍ਰਾਪਤ ਕੀਤੀ ਸੀ। ਗੁਰੂ ਜੀ ਨੇ ਸਮਝਾਉਣਾ ਕੀਤਾ ਸੀ ਨਾ, ਅੰਗੂਠਿਆਂ ਦੇ ਨਾਲ ਛੋਟੇ ਕੰਨ ਅੰਦਰ ਨੂੰ ਧੱਕ ਦਿਓ, ਬੰਦ ਕਰ ਦਿਓ ਜਦੋਂ ਧੁਨਾਂ ਸੁਣਨੀਆਂ ਨੇ। ਉਹ ਫਿਰ ਧੁਨਕਾਰ ਹੈ ਜਿਹੜੀ ਸ਼ਬਦ ਦੀ ਸਾਡੇ ਅੰਦਰ ਵੱਜ ਰਹੀ ਹੈ, ਉਹ ਸਾਨੂੰ ਬਿਨਾਂ ਕੰਨਾਂ ਤੋਂ ਹੀ ਸੁਣਾਈ ਦੇਣੀ ਹੈ, ਕਿਉਂਕਿ ਇਹ ਅੰਦਰ ਦਾ ਸੰਬੰਧ ਹੈ। ਗੁਰੂ ਜੀ ਨੇ ਕਹਿ ਦਿੱਤਾ ਪੈਰਾਂ ਬਾਝੋਂ ਚੱਲਣਾ। ਸਰੀਰ ਤਾਂ ਭਜਨ 'ਤੇ ਬੈਠਾ ਹੈ, ਚਾਪੀ ਵੱਜੀ ਹੋਈ ਹੈ, ਆਤਮਾ ਵਿੱਚੋਂ ਨਿਕਲ ਜਾਂਦੀ ਹੈ। ਨੌ ਖੰਡਾਂ, 12 ਬ੍ਰਹਿਮੰਡਾਂ ਦੇ ਵਿੱਚ ਘੁੰਮ ਕੇ ਸੱਚ ਖੰਡ ਦੇ ਦਰਸ਼ਨ ਕਰਕੇ ਫਿਰ ਸਰੀਰ ਦੇ ਵਿੱਚ ਆ ਜਾਂਦੀ ਹੈ, ਬਿਨਾਂ ਪੈਰਾਂ ਤੋਂ ਚੱਲ ਕੇ, ਬਿਨ ਹੱਥੀ ਕਰਨਾ। ਫਿਰ ਉਹ ਆਤਮਾ ਮਹਾਂਪੁਰਸ਼ ਬਿਨਾਂ ਹੱਥਾਂ ਤੋਂ ਕਾਰਜ ਵੀ ਕਰ ਲੈਂਦੇ ਨੇ। ਜਿਵੇਂ ਇੱਕ ਰਾਜਾ ਹੋਇਆ ਸਿਕੰਦਰ ਲੋਧੀ, ਉਹਨੇ ਸਹਿਬ ਸ੍ਰੀ ਸਤਿਗੁਰ ਰਵਿਦਾਸ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੰਦੀ ਗ੍ਰਹਿ ਵਿੱਚ ਬੰਦ ਕਰ ਦਿੱਤਾ ਸੀ, ਕੈਦ ਕਰ ਲਿਆ ਸੀ, ਚੱਕੀ ਖਰਾਸ ਚਲਾਉਣ ਦਾ ਹੁਕਮ ਦਿੱਤਾ ਸੀ। ਕਈ ਚੱਕੀ ਕਹਿੰਦੇ ਨੇ, ਪਰ ਉਹ ਚੱਕੀ ਨਹੀਂ ਸੀ, ਖਰਾਸ ਸੀ। ਖਰਾਸ ਕਿਹਨੂੰ ਕਹਿੰਦੇ ਨੇ? ਖਰਾਸ ਬਲਦਾਂ ਦੇ ਨਾਲ ਚੱਲਦਾ, ਉਹ ਉਸ ਸਮੇਂ ਖਰਾਸ ਹੀ ਹੁੰਦੇ ਰਹੇ ਸੀ। ਅੱਜ ਕੱਲ੍ਹ ਚੱਕੀਆਂ ਅੱਜ ਕੱਲ੍ਹ ਬਣੀਆਂ ਨਾ, ਉਸ ਸਮੇਂ ਖਰਾਸ ਸੀ, ਖਰਾਸ ਬਲਦਾਂ ਦੇ ਨਾਲ ਚੱਲਦੇ ਸੀ। ਅਤੇ ਗੁਰੂ ਜੀ ਨੂੰ ਉਹ ਹੁਕਮ ਦਿੱਤਾ ਸੀ ਉਹਨਾਂ ਨੇ ਖਰਾਸ ਚਲਾਉਣ ਵਾਸਤੇ। ਪਰ ਸਤਿਗੁਰਾਂ ਨੇ ਜਦੋਂ ਦ੍ਰਿਸ਼ਟੀ ਪਾਈ, ਖਰਾਸ ਆਪਣੇ ਆਪ ਹੀ ਚੱਲ ਪਿਆ, ਕਣਕ ਪੀਸਣੀ ਸ਼ੁਰੂ ਕਰ ਦਿੱਤੀ ਉਹਨੇ। ਇਹ ਸੀ ਬਿਨ ਹੱਥੇ ਕਰਨਾ। ਜੀਭਾ ਬਾਝੋਂ ਬੋਲਣਾ ਹੋਂ ਜੀਵਤ ਮਰਨਾ। ਜੀਭ ਤੋਂ ਬਿਨਾਂ ਕੈਸੇ ਬੋਲਣਾ ਹੈ, ਉਹ ਆਪ ਸਮਝ ਚੁੱਕੇ ਹੋ, ਉਹ ਸਰਵਣ ਕਰ ਲਿਆ ਆਪ ਜੀ ਨੇ। ਜਿਉਂਦੇ ਜੀ ਮਰਨਾ, ਜਿਉਂਦੇ ਜੀ ਕਿਸ ਤਰ੍ਹਾਂ ਮਰਿਆ ਜਾਂਦਾ, ਜਿਉਂਦੇ ਜੀ ਕਿਸ ਤਰ੍ਹਾਂ ਮਰਨਾ ਹੁੰਦਾ। ਇੱਥੇ ਸਤਿਗੁਰੂ ਕਬੀਰ ਮਹਾਰਾਜ ਜੀ ਫਰਮਾਉਂਦੇ ਨੇ, ਤਾਨ ਕਰ ਮਟਕੀ ਮਨ ਮੇਂ ਬਿਲੋਈ, ਇਸ ਮਟਕੀ ਮੇਂ ਸ਼ਬਦ ਸੰਜੋਈ। ਜਿਵੇਂ ਘਰਾਂ ਵਿੱਚ ਦੁੱਧ ਹੁੰਦਾ, ਗਰਮ ਕਰਦੇ ਹਾਂ, ਜਾਗ ਲਾ ਦਿੰਦੇ ਹਾਂ, ਦਹੀਂ ਬਣ ਜਾਂਦਾ, ਦਹੀਂ ਨੂੰ ਰਿੜਕਿਆ ਜਾਂਦਾ, ਫਿਰ ਮੱਖਣ ਕੱਢਿਆ ਜਾਂਦਾ, ਮੱਖਣ ਚੁੱਕ ਲਿਆ, ਉੱਤੋਂ ਗਰਮ ਕੀਤਾ, ਘਿਓ ਬਣ ਗਿਆ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਪੁਰਖਾ, ਇਹ ਤੇਰਾ ਸਰੀਰ ਹੈ, ਇਹ ਮਟਕੀ ਹੈ, ਮਨ ਦੀ ਮਧਾਣੀ ਨਾਮ ਦੀ ਰੱਸੀ ਪਾਉਣੀ ਹੈ, ਇਹਨੂੰ ਰਿੜਕਣਾ,
ਜਦੋਂ ਅਸੀਂ ਇਸ ਸਰੀਰ ਨੂੰ ਰਿੜਕਣਾ ਸ਼ੁਰੂ ਕਰਾਂਗੇ, ਸਭ ਤੋਂ ਪਹਿਲਾਂ ਸਾਡੇ ਪੈਰ ਡੈੱਡ ਹੋਣੇ ਹੈ, ਉਸ ਤੋਂ ਬਾਅਦ ਹੌਲੀ ਹੌਲੀ ਗੋਡਿਆਂ ਤੋਂ ਹੇਠਲਾ ਹਿੱਸਾ, ਘੁਟਣੇ ਤੋਂ ਹੇਠਲਾ ਹਿੱਸਾ, ਇਹ ਪਿੰਡਲੀਆਂ, ਇਹਦੇ ਵਿੱਚ ਖਿੱਚ ਝਰੂਟ ਪੈਂਦੀ ਹੈ, ਜਾਨ ਸੌਖੀ ਨਹੀਂ ਨਿਕਲਦੀ ਸਰੀਰ ਵਿੱਚੋਂ। ਫਿਰ ਕਮਰ ਤੋਂ ਹੇਠਲਾ ਹਿੱਸਾ, ਬਾਹਾਂ, ਇਹ ਸਾਰੀਆਂ ਡੈੱਡ ਹੋ ਜਾਂਦੀਆਂ ਨੇ। ਜਿਹੜਾ ਪਰਮਾਤਮਾ ਦਾ ਅੰਸ਼ ਹੈ, ਚੰਦ ਸੈਕਿੰਡ ਵਾਸਤੇ ਇਹ ਸਾਡੀ ਨਾਭੀ ਦੇ ਹੇਠਾਂ ਇਕੱਠਾ ਹੋ ਜਾਂਦਾ। ਨਾਭੀ ਕਹਿੰਦੇ ਨੇ ਧੁੰਨੀ ਨੂੰ, ਧੁੰਨੀ ਦੇ ਹੇਠਾਂ ਉੱਥੇ ਇੱਕ ਪੇਚ ਜਿਹਾ, ਵੱਟ ਜਿਹਾ ਘੁੰਮਦਾ, ਉਹਦੇ ਨਾਲ ਹੀ ਸਾਰਾ ਅੰਸ਼ ਪਰਮਾਤਮਾ ਦਾ ਸਰੀਰ ਵਿੱਚੋਂ ਇਕੱਠਾ ਹੋ ਕੇ ਦਸਵੇਂ ਦੁਆਰ 'ਤੇ ਚੜ ਜਾਂਦਾ ਹੈ। ਹੇਠਲਾ ਸਰੀਰ ਪੂਰਾ ਡੈੱਡ, ਜਿਉਂਦੇ ਜੀ ਮਰ ਗਿਆ। ਜਦੋਂ ਇਸ ਤਰ੍ਹਾਂ ਦਾ ਹੋ ਜਾਵੇ, ਹੋ ਜਾਂਦਾ, ਕਈ ਵਾਰੀ ਭਜਨ 'ਤੇ ਬੈਠੇ ਬੈਠੇ ਅਸੀਂ ਆਕਾਸ਼ ਵਿੱਚ ਉੱਡਣਾ ਸ਼ੁਰੂ ਹੋ ਜਾਂਦੇ ਹਾਂ, ਕਈ ਵਾਰੀ ਧਰਤੀ ਤੋਂ 2 ਫੁੱਟ ਉੱਪਰ ਵੀ ਉੱਠ ਜਾਂਦਾ ਇਨਸਾਨ, ਜਾਂ ਫਿਰ ਕਈ ਵਾਰੀ ਜ਼ਮੀਨ ਫੱਟ ਗਈ, ਅਸੀਂ ਪਤਾਲ ਵਿੱਚ ਜਾ ਰਹੇ ਹਾਂ, ਮਹਿਸੂਸ ਹੋਵੇਗਾ, ਜਾਂ ਫਿਰ ਸਾਡਾ ਸਰੀਰ ਬਹੁਤ ਸਾਰਾ ਫੁੱਲ ਗਿਆ, ਅਸੀਂ ਬਹੁਤ ਮੋਟੇ ਹੋ ਗਏ ਹਾਂ, ਇਹ ਮਹਿਸੂਸ ਹੋਵੇਗਾ। ਡਰਨਾ ਨਹੀਂ, ਇਹ ਜਿਉਂਦੇ ਜੀ ਮਰਨ ਦਾ ਮਰਦਾ ਬੰਦਾ ਉਸ ਸਮੇਂ। ਫਿਰ ਗੁਰੂ ਜੀ ਨੇ ਕਹਿ ਦਿੱਤਾ, ਨਾਨਕ ਹੁਕਮ ਪਛਾਣ ਕੇ ਫਿਰ ਖਸਮੇ ਮਿਲਣਾ। ਸਤਿਗੁਰਾਂ ਦੇ ਚਰਨਾਂ ਵਿੱਚ ਸੇਵਕ ਨੇ ਬੇਨਤੀ ਕੀਤੀ, ਕਹਿੰਦੇ ਬਾਬਾ ਜੀ, ਇਹ ਸਾਰਾ ਕੁਝ ਕਿਸ ਇਨਸਾਨ ਨੂੰ ਮਿਲਦਾ? ਇਸ ਤਰ੍ਹਾਂ ਜਿਉਂਦੇ ਜੀ ਸਰੀਰ ਕਿਸ ਬੰਦੇ ਦਾ ਮਰਦਾ ਹੈ, ਕਿਸ ਸੇਵਕ ਦਾ ਮਰਦਾ? ਗੁਰੂ ਜੀ ਨੇ ਕਹਿ ਦਿੱਤਾ, ਨਾਨਕ ਹੁਕਮ ਪਛਾਣ ਕੇ ਫਿਰ ਖਸਮੇ ਮਿਲਣਾ। ਜਿਸ ਸੇਵਕ ਨੇ ਆਪਣੇ ਗੁਰੂ ਜੀ ਦੀ ਗੱਲ ਮੰਨੀ, ਜਿਸ ਇਨਸਾਨ ਨੇ ਆਪਣੇ ਗੁਰੂ ਜੀ ਦਾ ਹੁਕਮ ਮੰਨ ਲਿਆ, ਉਹ ਫਿਰ ਜਿਉਂਦੇ ਜੀ ਮਰਨਾ ਸਿੱਖ ਜਾਂਦਾ ਹੈ। ਹੁਣ ਗੁਰੂ ਪਿਆਰੇ ਸਤਸੰਗਿਓ, ਇਹ ਤਾਂ ਆਪਣੇ ਆਪ ਨੂੰ ਅਸੀਂ ਖੁਦ ਹੀ ਪੁੱਛ ਸਕਦੇ ਹਾਂ ਕਿ ਅਸੀਂ ਗੁਰੂ ਸਾਹਿਬ ਨੂੰ ਕਿੰਨਾ ਕੁ ਮੰਨਦੇ ਹਾਂ, ਗੁਰੂ ਸਾਹਿਬ ਦੀ ਗੱਲ ਕਿੰਨੀ ਕੁ ਮੰਨਦੇ ਹਾਂ। ਅੱਜ ਕੀ ਹੈ, ਅਸੀਂ ਗੁਰੂ ਸਾਹਿਬ ਨੂੰ ਮੰਨਦੇ ਹਾਂ ਕਿ ਇਹ ਮੇਰੇ ਗੁਰੂ ਸਾਹਿਬ ਨੇ, ਪਰ ਗੁਰੂ ਜੀ ਦੀ ਗੱਲ ਮੰਨਣ ਵਾਸਤੇ ਤਿਆਰ ਨਹੀਂ ਹੁੰਦੇ। ਇਸ ਕਰਕੇ ਸਾਨੂੰ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ, ਕੁਝ ਵੀ ਨਹੀਂ ਮਿਲਦਾ, ਧੁਨਾ ਵੀ ਨਹੀਂ ਮਿਲਦੀਆਂ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਨਾਨਕ ਹੁਕਮ ਪਛਾਣ ਕੇ ਫਿਰ ਖਸਮੇ ਮਿਲਣਾ। ਫਿਰ ਆਤਮਾ ਜਿਹੜੀ ਹੈ ਇਹ ਪਰਮਾਤਮਾ ਦੇ ਨਾਲ ਮਿਲ ਜਾਂਦੀ ਹੈ, ਆਪਣੇ ਖਸਮ ਨੂੰ ਮਿਲ ਜਾਂਦੀ ਹੈ। ਖਸਮ ਕੌਣ ਹੈ? ਪਰਮਾਤਮਾ ਹੈ, ਨਿਰੰਕਾਰ ਹੈ, ਆਤਮਾ ਕੁੱਲ ਮਾਲਕ ਦੇ ਅੰਦਰ ਜਾ ਕੇ ਅਭੇਦ ਹੋ ਜਾਂਦੀ ਹੈ। ਜਦੋਂ ਇਤਨੀ ਕਥਾ ਗੁਰੂ ਜੀ ਨੇ ਸਮਝਾ ਦਿੱਤੀ, ਸੇਵਕ ਨੇ ਫਿਰ ਬੇਨਤੀ ਕੀਤੀ, ਕਹਿੰਦੇ ਬਾਬਾ ਜੀ, ਕਿਆ ਸੱਚ ਹੈ ਇਹ ਗੱਲ? ਇਹ ਗੱਲ ਸੱਚ ਹੈ ਕਿਆ ਜਿਹੜਾ ਨਾਮ ਜਪਦਾ ਉਹ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ? ਗੁਰੂ ਜੀ ਨੇ ਫਿਰ ਸ਼ਬਦ ਦੀ ਆਖਰੀ ਪੰਗਤੀ ਰਾਹੀਂ ਇਉਂ ਸਮਝਾਉਣਾ ਕੀਤਾ ਹੈ ਜੀ, ਕਹੇ ਰਵਿਦਾਸ ਰਾਮ ਜਪ ਪਾਈ, ਸੰਤ ਸਾਖ ਦੇ ਬਹੁਰ ਨਾ ਆਉਂ। ਕਹੇ ਰਵਿਦਾਸ
ਰਾਮ ਜਪ ਪਾਈ ਸੰਤ ਸਾਖ ਦੇ ਬਾਹਰ ਨਾ ਆਉਂ। ਸਾਰਾ ਸ਼ਬਦ ਕਹਿਣ ਤੋਂ ਬਾਅਦ ਸਾਹਿਬ ਸ੍ਰੀ ਸਤਿਗੁਰੂ ਰਵਿਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਉਹ ਇਨਸਾਨ ਤੂੰ ਸਵਾਲ ਜਵਾਬ ਹੀ ਕਰਦੇ ਰਹਿਣਾ, ਨਾਮ ਜਪ ਕੇ ਵੇਖ ਇੱਕ ਵਾਰੀ, ਇੱਕ ਵਾਰੀ ਨਾਮ ਜਪ ਕੇ ਤਾਂ ਵੇਖ, ਇਸ ਗੱਲ ਦਾ ਭਰੋਸਾ ਤੈਨੂੰ ਵਿਸ਼ਵਾਸ ਸੰਤ ਮਹਾਂਪੁਰਸ਼ ਦਿਲਾਉਂਦੇ ਨੇ ਕਿ ਜੇ ਤੂੰ ਨਾਮ ਜਪੇਗਾ ਦੁਬਾਰਾ ਤੇਰਾ ਜਨਮ ਸੰਸਾਰ ਵਿੱਚ ਨਹੀਂ ਹੋਣਾ, ਤੇਰੀ ਆਤਮਾ ਜਿਹੜੀ ਹੈ ਕੁੱਲ ਮਾਲਕ ਦੇ ਅੰਦਰ ਅਭੇਦ ਹੋ ਜਾਵੇਗੀ, ਸਮਾ ਜਾਵੇਗੀ ਜਾ ਕੇ। ਇੱਕ ਸ਼ਬਦ ਵਿੱਚ ਗੁਰੂ ਜੀ ਨੇ ਹੋਰ ਵੀ ਕਿਹਾ, ਕਹਿ ਰਵਿਦਾਸ ਜੋ ਜਪੇ ਨਾਮ ਤਿਸ ਜਾਤ ਨਾ ਜਨਮ ਨਾ ਜੋਨੀ ਕਾਂ। ਗੁਰਵਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਨੇ ਕਿ ਜਿਹੜਾ ਵੀ ਇਨਸਾਨ ਆਪਣੇ ਗੁਰੂ ਜੀ ਦੇ ਦੱਸੇ ਹੋਏ ਤਰੀਕੇ ਅਨੁਸਾਰ ਨਾਮ ਜਪੇਗਾ ਉਹਦੀ ਆਤਮਾ ਕਿਸੇ ਜੂਨ ਵਿੱਚ ਨਹੀਂ ਜਾਵੇਗੀ। ਜੂਨ ਕੀ? 84 ਲੱਖ ਜੂਨੀਆਂ ਨੇ, ਕਿਸੇ ਵੀ ਜੂਨ ਵਿੱਚ ਨਹੀਂ ਜਾਵੇਗੀ। ਔਰ ਜੇਕਰ ਇਨਸਾਨੀ ਜਾਮੇ ਵਿੱਚ, ਉਹ ਕਿਸੇ ਜਾਤ ਵਿੱਚ ਵੀ ਨਹੀਂ ਜਾਵੇਗੀ। ਸ਼ਾਇਦ ਸਾਹਿਬ ਸ੍ਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਫਰਮਾਉਣ ਕੀਤਾ, ਲੋਕ ਕਹਿੰਦੇ ਨੇ ਜਾਤਾਂ ਪਾਤਾਂ ਨਹੀਂ ਹਨ, ਪਰ ਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਹੈ ਨੇ, ਜਾਤਾਂ ਹੈ ਨੇ, ਉਹ ਪਰਮਾਤਮਾ ਨੇ ਬਣਾਈਆਂ ਨੇ। ਉਹ ਕਿਹੜੀਆਂ ਨੇ? ਪਰਮਾਤਮਾ ਨੇ 3 ਜਾਤਾਂ ਬਣਾਈਆਂ ਇਨਸਾਨੀ ਜਾਮੇ ਵਿੱਚ। ਪਹਿਲੀ ਜਾਤ, ਸ਼ਾਇਦ ਕਈਆਂ ਦੇ ਮਨ ਵਿੱਚ ਸ਼ੱਕ ਪੈਦਾ ਹੁੰਦਾ ਹੋਣਾ, ਅੱਜ ਤੱਕ ਅਸੀਂ ਜਾਤਾਂ ਪਾਤਾਂ ਸੁਣੀਆਂ ਹੀ ਨਹੀਂ, ਪਹਿਲੇ ਦਿਨ ਸੁਣਦੇ ਪਏ ਹਾਂ। ਜਾਤ, ਪਹਿਲੀ ਜਾਤ ਭਗਵਾਨ ਨੇ ਬਣਾਈ ਇਸਤਰੀ, ਉਹਦੇ ਵਿੱਚ ਸਾਰੀਆਂ ਹੀ ਇਸਤਰੀਆਂ ਨੇ। ਦੂਸਰੀ ਜਾਤ ਭਗਵਾਨ ਨੇ ਬਣਾਈ ਪੁਰਸ਼, ਉਹਦੇ ਵਿੱਚ ਸਾਰੇ ਹੀ ਪੁਰਸ਼ ਨੇ। ਤੀਸਰੀ ਜਾਤੀ ਭਗਵਾਨ ਨੇ ਬਣਾਈ ਨਾ ਉਹ ਇਸਤਰੀ ਨਾ ਉਹ ਪੁਰਸ਼, ਜਿਹਨੂੰ ਅਸੀਂ ਖੁਸਰਾ ਵੀ ਕਹਿੰਦੇ ਹਾਂ, ਸ਼ਖੰਡੀ ਵੀ ਕਹਿ ਦਿੰਦੇ ਹਾਂ। ਇਹ 3 ਜਾਤਾਂ ਭਗਵਾਨ ਨੇ ਬਣਾਈਆਂ ਨੇ ਅਤੇ ਸਤਿਗੁਰੂ ਰਵਿਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਨੇ ਕਿ ਜਿਹੜਾ ਇਨਸਾਨ ਨਾਮ ਜਪ ਲਵੇਗਾ ਉਹ ਕਿਸੇ ਵੀ ਜਾਤ ਵਿੱਚ ਨਹੀਂ ਜਾਵੇਗਾ, ਉਹ ਕੁੱਲ ਮਾਲਕ ਦੇ ਅੰਦਰ ਸਮਾ ਜਾਵੇਗਾ, ਜਿੱਥੇ ਜਾ ਕੇ ਆਤਮਾ ਨੇ ਕਹਿ ਦਿੱਤਾ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋਤਾਂ ਗਾਵੋ ਹਰੀ ਕੇਰਾ ਮਨ ਜਨੇ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਉਸ ਸਮੇਂ ਜੀਵਾਤਮਾ ਕਹਿ ਦਿੰਦੀ ਹੈ ਕਿ ਅੱਜ ਮੇਰਾ ਮਨੁੱਖੀ ਜਾਮਾ ਸੀ ਜਿਹੜਾ ਉਹ ਸਫਲ ਹੋ ਗਿਆ, ਮੈਂ ਗੁਰੂ ਜੀ ਨੂੰ ਪ੍ਰਾਪਤ ਕਰ ਲਿਆ। ਇਹੀ ਸਾਹਿਬ ਸ੍ਰੀ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਅੱਜ ਸਾਨੂੰ ਸ਼ਿਕਸ਼ਾ ਹੈ, ਇੰਨੀ ਕੁ ਸੇਵਾ ਪ੍ਰਵਾਨ ਕਰੋ। ਅਗਰ ਦਾਸ ਧੁਨ ਜਾਣੇ ਵਿੱਚ ਕੋਈ ਭੁੱਲ ਜਾਂ ਕੋਈ ਗਲਤੀ ਹੋ ਗਈ ਹੋਵੇ, ਦਾਸ ਸਮੂਹ ਸੰਗਤ ਦੇ ਚਰਨਾਂ 'ਤੇ ਨਤਮਸਤਕ ਹੋ ਕੇ ਸ਼ਮਾ ਚਾਹੁੰਦਾ। ਜੈ ਗੁਰਦੇਵ, ਜੈ ਸ਼੍ਰੀ ਗੁਰੂ ਰਵਿਦਾਸ।
ਆਰਤੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ। ਨਾਮ ਤੇਰੋ ਆਰਤੀ ਭਜਨ ਮੁਰਾਰੇ, ਹਰ ਕੇ ਨਾਮ ਵਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਰਤੀ ਭਜਨ ਮੁਰਾਰੇ, ਹਰ ਕੇ ਨਾਮ ਵਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਸਨੋ ਨਾਮ ਤੇਰੋ ਜਪੇ ਨਾਮ ਲੇ ਤੁਝੇ ਕੋ ਚਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰਾ ਦੀਵਾ ਨਾਮ ਤੇਰੋ ਪਾਤੀ, ਨਾਮ ਤੇਰਾ ਦੀਵਾ ਨਾਮ ਤੇਰੋ ਅੱਠ ਸੱਠ ਚਾਰ।
ਕਹਿ